ਬੀਤੇ ਕਈ ਦਿਨਾਂ ਤੋਂ ਕਨ੍ਹਈਆ ਮਿੱਤਲ ਨੂੰ ਮਾਫੀ ਦਲਾਂ ਦੀ ਗੱਲ ਜਿਹੜੀ ਹੈ ਉਹ ਸਾਹਮਣੇ ਆ ਰਹੀ ਸੀਗੀ ਪਰ ਕੁਝ ਦਿਨ ਪਹਿਲਾਂ ਹੀ ਇਸਾਈ ਸਮਾਜ ਦੇ ਕਾਗੂ ਵੱਲੋਂ ਕਨ੍ਹਈਆ ਮਿੱਤਲ ਦੇ ਉੱਪਰ ਐਫਆਈਆਰ ਕਰਾ ਦਿੱਤੀ ਗਈ ਹੈ ਦੋਸਤੋ ਬਾਤ ਕਨ੍ਹਈਆ ਮਿੱਤਲ ਦੀ ਮੁਸ਼ਕਿਲਾਂ ਜੜੀਆਂ ਨੇ ਉਹ ਲਗਾਤਾਰ ਵਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਸੁਰਜੀਤ <th>ਪਾਪਰ ਸਾਡੇ ਨਾਲ ਨੇ ਜਿੰਨਾ ਦੇ ਨਾਲ ਇੱਕ ਪਾਸਟਰ ਹੋਣਾ ਨੇ ਮਿਲ ਕੇ ਜਿਹੜਾ ਹੈ ਉਹ ਕਨ੍ਹਈਆ ਮਿੱਤਲ ਦੇ ਉੱਤੇ ਪਰਚਾ ਕਰਾਇਆ ਹੈ ਧਾਰਮਿਕ ਭਾਵਨਾਵਾਂ ਨੂੰ ਆਹਾਤ ਪਹੁੰਚਾਉਣ ਦੇ ਲਈ ਗੱਲਬਾਤ ਅਸੀਂ ਕਰਾਂਗੇ <th>ਥਾਪਰ ਸਾਹਿਬ ਇੱਕ ਤੁਹਾਡੇ ਹੀ ਸਮਾਜ ਦੇ ਇੱਕ ਧੜੇ ਨੇ ਜਿਹੜਾ ਹੈ ਉਹਨਾਂ ਨੂੰ ਮਾਫੀ ਦਿੱਤੀ ਵੀਡੀਓ ਵੀ ਜਾਰੀ ਹੋ ਗਈ ਸਾਰਾ ਕੁਝ ਹੋ ਗਿਆ ਤੇ ਤੁਸੀਂ ਜਾ ਕੇ ਸਿੱਧਾ ਪਰਚਾ ਕਰਾ ਦਿੱਤਾ ਇਹ ਸਮਝ ਨਹੀਂ ਆ ਰਿਹਾ ਲੋਕਾਂ ਨੂੰ ਨਹੀਂ ਦੇਖੋ ਜੀ ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਔਰ ਜੋ ਭਾਵਨਾਵਾਂ ਨੂੰ ਜਿਹੜਾ ਠੇਸ ਪਹੁੰਚੀ ਹੈ ਚਲੋ ਸਾਡੇ ਇੱਕ ਧੜੇ ਨੇ ਇਸ ਗੱਲ ਦੀ ਮਾਫੀ ਦਿੱਤੀ ਆ ਉਹ ਕਿਸ ਤਰ੍ਹਾਂ ਦਿੱਤੀ ਆ ਉਹਦਾ ਜਦੋਂ ਅਸੀਂ ਇਸ ਬਾਰੇ ਜਾਣਕਾਰੀ ਹਾਸਲ ਕੀਤੀ ਸਾਨੂੰ ਇਸ ਗੱਲ ਦਾ ਪਤਾ ਲੱਗਾ ਵੀ ਉਹਨੇ ਗੱਡੀ ਦੇ ਵਿੱਚ ਬਹਿ ਕੇ ਵੀਡੀਓ ਪਾਈ ਔਰ ਉਹ ਮਾਫੀ ਮੰਗ ਰਿਹਾ ਆ ਔਰ ਉਹ ਮਾਫੀ ਵੀ ਜਿਹੜੀ ਆ ਜਿਸ ਤਰੀਕੇ ਦੇ ਨਾਲ ਜਾਂ ਕਿਸ ਮਤਲਬ ਕਹਿ ਸਕਦੇ ਕਹਿ ਸਕਦੇ ਆ ਵੀ ਉਹਦਾ ਮੰਗਣ ਦਾ ਜਿਹੜਾ ਇੱਕ ਐਟੀਟਿਊਡ ਸੀ ਉਹ ਇਸ ਤਰ੍ਹਾਂ ਲੱਗਦਾ ਵੀ ਜਿੱਦਾਂ ਮਤਲਬ ਉਹ ਮਾਫੀ ਮੰਗ ਵੀ ਰਿਹਾ ਆ ਜਾਂ ਬੰਦਾ ਸਪਸ਼ਟ ਕਹੇ ਵੀ ਹਾਂ ਮੈਂ ਇਸ ਗਲਤੀ ਇਹ ਆਪਣੀ ਗਲਤੀ ਦਾ ਅਹਿਸਾਸ ਕਰਦਾ ਆ ਲੇਕਿਨ ਉਹਨੇ ਆਪਣੀ ਗਲਤੀ ਦਾ ਅਹਿਸਾਸ ਨਹੀਂ ਕੀਤਾ ਇੱਕ ਤਾਂ ਵਿਅਕਤੀ ਕਹੇ ਵੀ ਜਾਣੇ ਜਾਂ ਅਣਜਾਣੇ ਦੇ ਵਿੱਚ ਗੱਲ ਕਹੀ ਹੋਵੇ ਤਾਂ ਉਹਨੂੰ ਵਿਅਕਤੀ ਨੂੰ ਤਾਂ ਮਾਫ਼ ਕੀਤਾ ਜਾ ਸਕਦਾ ਆ ਜਿਹੜਾ ਜਾਣ ਬੁੱਝ ਕੇ ਕਹਿਣਾ ਉਸ ਵਿਅਕਤੀ ਨੂੰ ਮੈਂ ਕਹਿੰਦਾ ਮਾਫੀ ਨਹੀਂ ਦੇਣੀ ਚਾਹੀਦੀ ਉਹਨੇ ਜਾਣ ਬੁੱਝ ਕੇ ਗੱਲ ਕਹੀ ਆ ਔਰ ਸੋਚ ਸਮਝ ਕੇ ਗੱਲਾਂ ਕਈਆਂ ਉਹਨੇ ਔਰ ਜਿਹੜੇ ਜਾਗਰਨ ਦੇ ਵਿੱਚ ਉਹਨੇ ਗੱਲਾਂ ਕਈਆਂ ਸੋਚ ਸਮਝ ਕੇ ਕਈਆਂ ਆ ਕੋਈ ਜਾਣੇ ਨਾ ਜਾਣੇ ਚ ਨਹੀਂ ਕਈਆਂ ਔਰ ਜਾਣੇ ਨਾ ਜਾਣੇ ਦੇ ਵਿੱਚ ਜੇ ਗੱਲ ਕਹੀ ਹੁੰਦੀ ਤੇ ਸ਼ਾਇਦ ਸਾਡਾ ਜਿਹੜਾ 크ਰਿਸਚਨ ਸਮਾਜ ਉਹਨੂੰ ਮਾਫੀ ਕਰ ਦਿੰਦਾ ਔਰ ਸ਼ਾਇਦ ਅਸੀਂ ਵੀ ਉਹਨੂੰ ਮਾਫ਼ ਕਰ ਦਿੰਦੇ ਲੇਕਿਨ ਜਿਹੜੀ ਜਾਣ ਬੁੱਝ ਕੇ ਗੱਲ ਕਹੀ ਗਈ ਆ ਉਹ ਤਾਂ ਨਹੀਂ ਮਾਫ਼ ਕਰਨਾ ਬੰਦਾ ਔਰ ਬਾਕੀ ਸਾਡੇ ਜਿਹੜੇ ਲੀਡਰਸ਼ਿਪ ਆ ਪੰਜਾਬ 크ਰਿਸਚਨ ਲੀਡਰਸ਼ਿਪ ਆ ਉਹਦੇ ਸਾਡੇ ਚੇਅਰਮੈਨ ਹਜੁਰ ਸੇਠੀ ਜੀ ਔਰ ਸਾਡੀ ਹੋਰ ਟੀਮ ਸੀ ਅਸੀਂ ਐਸਐਸਪੀ ਸਾਹਿਬ ਦੇ ਕੋਲ ਗਏ ਉਹਨਾਂ ਨੇ ਸਿਟੀ ਦੇ ਵਿੱਚ ਦਰਖਾਸਤ ਦਿੱਤੀ ਸੀ ਸੀਪੀ ਸਾਹਿਬ ਤੋਂ ਸਾਡੀ ਐਸਐਸਪੀ ਸਾਹਿਬ ਕੋਲ ਤੋਂ ਦਰਖਾਸਤ ਸੀ ਔਰ ਲੇਕਿਨ ਜਿਹੜਾ ਜਿਸ ਤਰ੍ਹਾਂ ਸਾਡੇ ਦੂਜੇ ਸਾਥੀ ਇਹ ਗੱਲ ਕਹਿ ਰਿਹਾ ਵੀ ਵੀ ਸਾਡੇ ਡੀਸੀਪੀ ਸਾਹਿਬ ਜੀ ਨੇ ਕਿਹਾ ਸੀ ਵੀ ਉਹ ਮਾਫੀ ਮੰਗ ਲੇਗਾ ਪਰ ਡੀਸੀਪੀ ਸਾਹਿਬ ਦਾ ਇਹ ਫਰਜ ਵੀ ਬਣਦਾ ਸੀ ਵੀ ਜੇ ਦੋ ਤਰਖਾਸਾਂ ਨੰਬਰੀ ਚੱਲ ਰਹੀਆਂ ਆ ਨੰਬਰੀ ਤਰਖਾਸਾਂ ਆ ਉਹ ਸਾਡੇ ਵੀ ਧੜੇ ਨੂੰ ਬੁਲਾ ਲੈਂਦੇ ਜੇ ਸਾਡੇ ਧੜੇ ਨੂੰ ਨਹੀਂ ਬੁਲਾਇਆ ਜਾਂ ਸਾਡਾ ਗਰੁੱਪ ਆ ਦੋ ਤਰਖਾਸਾਂ ਗਈਆਂ ਆ ਉਹਨਾਂ ਦਾ ਫਰਜ ਬਣਦਾ ਸੀ ਪ੍ਰਸ਼ਾਸਨ ਦਾ ਲੇਕਿਨ ਮੈਂ ਸੋਚਦਾ ਵੀ ਸ਼ਾਇਦ ਪ੍ਰਸ਼ਾਸਨ ਨੇ ਇਸ ਗੱਲ ਦੀ ਗੱਲ ਸੋਚਿਆ ਵੀ ਜਿਹੜਾ ਦੂਸਰਾ ਗਰੁੱਪ ਆ ਦੂਸਰਾ ਗਰੁੱਪ ਕੀ ਗੱਲ 21 ਗਰੁੱਪ ਦੇ ਆ ਸਭ ਅਸੀਂ ਇਕੱਠੇ ਹੀ ਰਹਿਨੇ ਆ ਲੇਕਿਨ ਇਦਾਂ ਆਇਆ ਵੀ ਸਾਨੂੰ ਵੀ ਇਹਨਾਂ ਨੇ ਇਹ ਸੋਚਿਆ ਵੀ ਜਿਹੜਾ ਵੀ ਉਹ ਮਾਫੀ ਮੰਗ ਲਿਆ ਹੈਗਾ ਵੀ ਇਹ ਵੀ ਸਮਾਜ ਜਿਹੜਾ ਸਾਡਾ ਪੰਜਾਬ 크ਰਿਸਚਨ ਲੀਡਰਸ਼ਿਪ ਦੇ ਜਿਹੜੇ ਆਗੂਆਂ ਨੇ ਜੋ ਕੰਪਲੀਟ ਦਿੱਤੀ ਆ ਇਹ ਵੀ ਮਾਫ ਕਰ ਦੇਣਗੇ ਲੇਕਿਨ ਮਾਫੀ ਮੈਂ ਤੁਹਾਨੂੰ ਅੱਗੇ ਵੀ ਪਹਿਲਾਂ ਗੱਲ ਕਹੀ ਆ ਮਾਫੀ ਜਿਹੜੇ ਵਿਅਕਤੀ ਨੇ ਜਾਣੀ ਨਾ ਜਾਣੇ ਚ ਕਹੀ ਗੱਲ ਹੋਈ ਹੁੰਦੀ ਉਹਨੂੰ ਮਾਫ ਕੀਤਾ ਜਾਂਦਾ ਜਿਹੜੀ ਜਾਣ ਬੁੱਝ ਕੇ ਗੱਲ ਕਹੀ ਆ ਉਹਦੀ ਕੋਈ ਮਾਫੀ ਨਹੀਂ ਹੁੰਦੀ ਅੱਛਾ ਤੁਸੀਂ ਪਰਚਾ ਕਦੋਂ ਦਿੱਤਾ ਸੀਗਾ ਜਦੋਂ ਅ ਦੂਸਰੇ ਧੜੇ ਨੇ ਦੱਸਿਆ ਕਿ ਪਰਚਾ ਉਸ ਤੋਂ ਪਹਿਲਾਂ ਦਿੱਤਾ ਸੀ ਉਹਨਾਂ ਦੇ ਨਾਲ ਹੀ ਦਿੱਤਾ ਸੀਗਾ ਜੀ ਗਾਡੀ ਦਰਖਾਸਤ ਦਿੱਤੀ ਨੂੰ ਵੀ 15 15-20 ਦਿਨ ਹੋ ਗਿਆ ਸੀ ਔਰ ਉਹਦੇ ਨਾਲ ਪ੍ਰਸ਼ਾਸਨ ਨਾਲ ਗੱਲ ਚੱਲਦੀ ਰਹੀ ਫਿਰ ਕਈ ਪ੍ਰਸ਼ਾਸਨ ਦੇ ਇਥੇ ਮਾਨਯੋਗ ਮੁੱਖ ਮੰਤਰੀ ਸਾਹਿਬ ਆਏ ਸਨ ਜਿਹਦਾ ਕਰਕੇ ਕੰਮ ਇਹ ਜਿਹੜੇ ਦਰਖਾਸਤ ਉਹ ਡਿਲੇ ਕਾਫੀ ਟਾਈਮ ਪੈ ਗਿਆ ਸੀ ਔਰ ਉਸ ਤੋਂ ਬਾਅਦ ਜਦੋਂ ਇਹਨੇ ਵਿਅਕਤੀ ਨੇ ਸਾਡੇ ਇਹ ਜਿਹੜਾ ਕਨਈਆ ਮਿੱਤਲਿਆ ਇਹਨੇ ਵੀਡੀਓ ਪਾਈ ਲੇਕਿਨ ਸਾਨੂੰ ਇਸ ਗੱਲ ਦਾ ਪਹਿਲਾਂ ਹੀ ਪਤਾ ਸੀ ਵੀ ਇਹਦੇ ਪਿੱਛੇ ਰਾਜਨੀਤਿਕ ਤਾਕਤਾਂ ਦਾ ਹੱਥ ਹੈ ਕਿਉਂਕਿ ਪਰਚਾ ਪ੍ਰਸ਼ਾਸਨ ਕਰਨ ਲਈ ਤਿਆਰ ਨਹੀਂ ਸੀ ਬੜੀ ਜਿਦੋਜਿਦ ਦੇ ਨਾਲ ਹੀ ਜਿਹੜਾ ਪਰਚਾ ਦਰਜ ਕਰਵਾਇਆ ਗਿਆ ਹੈ ਔਰ ਇਹਦੇ ਪਿੱਛੇ ਜਿਨ੍ਹਾਂ ਰਾਜਨੀਤਿਕ ਤਾਕਤਾਂ ਦਾ ਹੱਥ ਸੀ ਉਹ ਤਾਕਤਾਂ ਹੁਣ ਵੀ ਬਾਹਰ ਆ ਰਹੀਆਂ ਆ ਔਰ ਉਹ ਤਾਕਤਾਂ ਨੂੰ ਇਹ ਮੈਂ ਇਹ ਗੱਲ ਕਹਿਣਾ ਚਾਹੁੰਦਾ ਜਿਹੜੀਆਂ ਰਾਜਨੀਤਿਕ ਤਾਕਤਾਂ ਆ ਜਿਹੜੀਆਂ ਮਸੀਹ ਵਿਰੋਧੀ ਤਾਕਤਾਂ ਆ ਵੀ ਜੇ ਤੁਸੀਂ ਮਸੀਹ ਸਮਾਜ ਦੇ ਉੱਤੇ ਨੁਕਤਾਚੀਨੀ ਕਰੋਗੇ ਟਿੱਪਣੀ ਕਰੋਗੇ ਮਸੀਹ ਸਮਾਜ ਨੂੰ ਦਬਾਉਣ ਦੀ ਕੋਸ਼ਿਸ਼ ਕਰੋਗੇ ਤਾਂ ਇਹ ਜਿਹੜਾ ਪੰਜਾਬ 크ਰਿਸਚਨ ਲੀਡਰਸ਼ਿਪ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ ਤੁਹਾਡੇ ਦੂਜੇ ਧੜੇ ਨੇ ਮਾਫੀ ਫੇ ਕਿਉਂ ਦਿੱਤੀ ਉਹ ਤਾਂ ਇਹ ਵੀ ਕਹਿੰਦੇ ਰਹੇ ਨੇ ਕਿ ਜੇਕਰ ਤੁਸੀਂ ਇਹ ਸਾਰਾ ਕੁਝ ਕਰਨਾ ਸੀਗਾ ਸਾਨੂੰ ਦੱਸ ਕੇ ਕਰਦੇ ਅਸੀਂ ਤੁਹਾਡੇ ਨਾਲ ਖੜੇ ਸੀਗੇ ਤੁਸੀਂ ਜੇ ਦੱਸਦੇ ਸਾਨੂੰ ਕਿ ਪਰਚਾ ਹੀ ਕਰੋਨਾਵਾ ਸੀ ਮਾਫੀ ਨਹੀਂ ਦੇਣੀ ਤੁਸੀਂ ਨਾਲ ਰਹਿੰਦੇ ਦੇਖੋ ਜੀ ਮੈਂ ਤੁਹਾਨੂੰ ਗੱਲ ਦੱਸਾਂ ਵੀ ਉਹਨਾਂ ਨੇ ਸੀਪੀ ਸਾਹਿਬ ਨੂੰ ਦਰਖਾਸਤ ਦਿੱਤੀ ਐਸਐਸਪੀ ਸਾਹਿਬ ਨੂੰ ਦਰਖਾਸਤ ਦਿੱਤੀ ਤੇ ਉਹਨਾਂ ਦਾ ਫਰਜ਼ ਬਣਦਾ ਸੀ ਵੀ ਸਾਨੂੰ ਨਾਲ ਲੈ ਕੇ ਚੱਲਦੇ ਸਾਨੂੰ ਨਾਲ ਲੈ ਕੇ ਹੋਣੀ ਚੱਲੇ ਵੀ ਜੇ ਉਹਨਾਂ ਨੇ ਮਾਫ ਕਰਨਾ ਸੀ ਸਾਨੂੰ ਕਿਤੇ ਨਹੀਂ ਬੁਲਾਇਆ ਕਿ ਕਿਸੇ ਨੇ ਕਾਲ ਨਹੀਂ ਕੀਤੀ ਜਦਕਿ ਉਹਨਾਂ ਨੂੰ ਵੀ ਪਤਾ ਹੈ ਵੀ ਐਸਐਸਪੀ ਸਾਹਿਬ ਨੂੰ ਦਰਖਾਸਤ ਗਈ ਆ ਔਰ ਜਦੋਂ ਅਸੀਂ ਐਸਐਸਪੀ ਸਾਹਿਬ ਨੂੰ ਦਰਖਾਸਤ ਦਿੱਤੀ ਸਾਡੇ ਚੇਅਰਮੈਨ ਸਾਹਿਬ ਹਰਜੋਤ ਸਿੱਠੀ ਔਰ ਮੈਂ ਔਰ ਸਾਡੇ ਨਾਲ ਹੋਰ ਵੀ ਆਗੂ ਸਹਿਬਾਨ ਸਨ ਔਰ ਸੋਸ਼ਲ ਮੀਡੀਆ ਤੇ ਫੋਟੋ ਵੀ ਪਾਈ ਗਈ ਫੇਸਬੁੱਕ ਤੇ ਸਾਡੀਆਂ ਫੋਟੋਆਂ ਪਈਆਂ ਉਹਨਾਂ ਨੂੰ ਪਤਾ ਹੀ ਆ ਵੀ ਜਿਹੜਾ ਐਸਐਸਪੀ ਸਾਹਿਬ ਨੂੰ ਦਰਖਾਸਤ ਦਿੱਤੀ ਗਈ ਆ ਨੰਬਰੀ ਦਰਖਾਸਤ ਆ ਲੇਕਿਨ ਉਹ ਐਵੇਂ ਗੱਲ ਨੂੰ ਬਣਾਈ ਜਾਣਾ ਵਧਾਈ ਜਾਣਾ ਦੇਖੋ ਜੀ ਸਾਨੂੰ ਠੇਸ ਪਹੰਚੀ ਸਾਨੂੰ ਲੱਗਾ ਵੀ ਜਿਹੜੀ ਮਾਫੀ ਉਹਨੂੰ ਮੰਗਣੀ ਚਾਹੀਦੀ ਉਸ ਤਰੀਕੇ ਦੇ ਨਾਲ ਨਹੀਂ ਮੰਗੀ ਮਾਫੀ ਉਹਨਾਂ ਨੇ ਉਸ ਤਰੀਕੇ ਦੇ ਨਾਲ ਨਹੀਂ ਮੰਗੀ ਦੇਖੋ ਜੀ ਹੁਣ ਦੂਜੇ ਲੋਕ ਜਿਹੜੇ ਗਲਤੀ ਕਰਦੇ ਆ ਉਹ ਮਾਫੀ ਮੰਗਦੇ ਆ ਭਾਂਡੇ ਧੋਂਦੇ ਆ ਜੁੱਤੀਆਂ ਝਾੜਦੇ ਆ ਜੁੱਤੀਆਂ ਨੂੰ ਸਾਫ਼ ਕਰਦੇ ਜੋੜਿਆਂ ਦੀ ਸੇਵਾ ਕਰਦੇ ਆ ਠੀਕ ਆ ਇੱਥੇ ਤੱਕ ਧਾਰਮਿਕ ਸਥਾਨਾਂ 'ਤੇ ਜਾ ਕੇ ਉਹ ਆਪਣੇ ਮੱਥਾ ਰਗੜਦੇ ਆ ਨੱਕ ਰਗੜਦੇ ਆ ਤੇ ਇਹ ਵਿਅਕਤੀ ਗੱਡੀ ਦੇ ਵਿੱਚ ਕਹਿ ਗਿਆ ਮੈਂ ਕਹਿੰਦਾ ਮਾਫੀ ਦੇਣ ਵਾਲਿਆਂ ਨੂੰ ਵੀ ਇਹ ਚਾਹੀਦਾ ਸੀ ਵੀ ਪਹਿਲਾਂ ਸੋਚ ਲੈਂਦੇ ਆ ਵੀ ਜਿਹੜੀ ਮਾਫੀ ਦੇਣੀ ਆ ਕਿਸ ਤਰ੍ਹਾਂ ਦੇਣੀ ਆ ਉਹਦੀ ਗਲਤੀ ਕਿਤੇ ਛੋਟੀ ਜੀ ਗਲਤੀ ਆ ਛੋਟੀ ਜੀ ਗਲਤੀ ਆ ਕੋਈ ਪ੍ਰਭੂ ਯਸੂਮਸੀ ਦੇ ਉੱਤੇ ਭੱਦੀ ਸ਼ਬਦਾਵਲੀ ਇਸਤੇਮਾਲ ਕੀਤੀ ਸੰਟਾ ਕਲੋਜ਼ ਜਿਹੜੇ ਸੰਤ ਨੇ ਜਿਹੜੀ ਉਹਨਾਂ ਦੀ ਉਪਾਧੀ ਆ ਉਹਨਾਂ ਬਾਰੇ ਕਿੱਦਾਂ ਦੀ ਸ਼ਬਦਾਵਲੀ ਇਸਤੇਮਾਲ ਕੀਤੀ ਔਰ ਕ੍ਰਿਸਚੀਅਨ ਸਮਾਜ ਨੂੰ ਨੀਵਾਂ ਦਿਖਾਉਣ ਦਾ ਕੋਸ਼ਿਸ਼ ਕੀ ਕਰ ਰਹੇ ਅਰੋਜ਼ ਖਾਨ ਲਾਲੋ ਉਹ ਜੀ ਖਾਨ ਲਾਲੋ ਜਿਹੜੇ ਅੱਛੇ ਗਵਈਏ ਨੇ ਜਿਹੜੇ ਸੁਰਤਾਲ ਨੂੰ ਸਮਝਣ ਵਾਲੇ ਆ ਲੰਬੇ ਸਮੇਂ ਤੋਂ ਉਹ Hindu ਧਰਮ ਦੀ ਸੇਵਾ ਕਰਦੇ ਆ ਰਹੇ ਆ ਗੀਤਾ ਰਾਹੀ ਭਜਨ ਗੀਤਾ ਰਾਹੀ ਅੱਜ ਉਹਨਾਂ ਨੂੰ ਇਹ ਕੋਸ਼ ਰਿਹਾ ਆ ਇਹਦਾ ਮਤਲਬ ਇਹ ਵਿਅਕਤੀ ਮੁਸਲਮ ਭਾਈਚਾਰੇ ਤੇ ਕ੍ਰਿਸਚੀਅਨ ਭਾਈਚਾਰੇ ਨੂੰ ਜਿਹੜਾ ਇਹ ਜਿਹੜੀ ਨਫ਼ਰਤ ਦੀਵਾਰ ਖੜੀ ਕਰ ਰਿਹਾ ਆ ਮੁਸਲਮ ਭਾਈਚਾਰੇ ਦੇ ਉੱਤੇ ਨਿਸ਼ਾਨਾ ਕੱਸ ਰਿਹਾ ਆ ਕਦੀ ਕ੍ਰਿਸਚੀਅਨ ਭਾਈਚਾਰੇ ਉੱਤੇ ਇਹੋ ਜਿਹਾ ਬਿਆਨਬਾਜ਼ੀ ਕਰ ਰਿਹਾ ਆ ਤੇ ਇਹ Hindu ਭਾਈਚਾਰੇ ਤੋਂ ਤੋੜਨ ਦਾ ਯਤਨ ਕਰ ਰਿਹਾ ਆ ਤੁਹਾਨੂੰ ਲੱਗਦਾ ਹੈਗਾ ਕਿ ਤੁਸੀਂ ਪਰਚਾ ਕਰਾਇਆ ਹੈਗਾ ਇਹ ਜੋ ਵੀ ਹੋ ਰਿਹਾ ਹੈਗਾ ਇਸ ਵਕਤ ਤੁਹਾਡੇ ਹੀ ਸਮਾਜ ਦੇ ਲੋਕ ਸਮਝ ਰਹੇ ਨੇ ਕਿ ਸਾਡੇ ਹੀ ਸਮਾਜ ਦੇ ਲੋਕਾਂ ਦੇ ਵਿੱਚ 파ੜ ਪੈ ਰਿਹਾ ਕਿਉਂਕਿ ਇੱਕ ਪਾਸੇ ਇਹ ਹੈ ਦੂਜੇ ਪਾਸੇ ਤੁਸੀਂ ਉਹ ਕਰਦੇ ਹੋ ਆ ਦੇਖੋ ਸਾਣਾ ਨਾਲ ਫੋਨ ਤੇ ਸਾਰੇ ਗੱਲਾਂ ਕਰਦੇ ਆ ਤੁਸੀਂ ਨਾ ਲਓ ਤੁਸੀਂ ਨਾ ਲਓ ਜਿਹੜੇ ਕੋਈ ਅਸੀਂ ਦੋ 파ੜ ਥੋੜਾ ਇੱਕ ਹੀ ਗੱਲ ਆ ਲੇਕਿਨ ਗੱਲ ਆ ਇਦਾਂ ਵੀ ਜਾਂ ਤਾਂ ਸਾਡੀ ਫਿਰ ਉਹਨਾਂ ਨਾਲ ਮਿਲ ਨਹੀਂ ਹੋ ਸਕਿਆ ਮਾਫੀ ਕਿਵੇਂ ਦੇ ਦਿੱਤੀ ਜੇਕਰ ਤੁਸੀਂ ਕਹਿ ਰਹੇ ਹੋ ਕੋਈ ਗੱਲ ਹੋ ਰਹੀ ਹੈ ਫਿਰ ਮਾਫੀ ਕਿਵੇਂ ਲੇਕਿਨ ਇਸ ਟੌਪਿਕ ਤੇ ਸਾਡੀ ਗੱਲਾਂ ਨਹੀਂ ਹੋਈਆਂ ਬੀ ਇਸਕ ਨੇ ਜਾਂ ਮਿੱਤਲ ਦੀ ਕਿਸਮ ਉਹਦਾ ਅੱਜ ਦਿਨ ਅਸੀਂ ਮਿਲਦੇ ਹਾਂ ਇੱਕ ਦੂਜੇ ਨੂੰ ਉਹ ਸਾਡੇ ਭਰਾ ਆ ਉਹ ਸਾਡੇ ਤੋਂ ਕੋਈ ਵੱਖ ਥੋੜੋ ਆ ਭਰਾ ਨਹੀਂ ਵੱਖ ਰੱਖਿਆ ਤੁਹਾਨੂੰ ਨੇ ਸਾਨੂੰ ਵੀ ਵੱਖ ਕਾਤਾ ਰੱਖਣਾ ਜਾਂ ਤਾਂ ਉਹਨਾਂ ਨੂੰ ਇਹ ਹੋਣਾ ਵੀ ਚਲੋ ਇਹ ਵੀ ਮਾਫ ਕਰ ਦੇਣਗੇ ਲੇਕਿਨ ਸਾਡਾ ਦੇਖੋ ਅਸੀਂ ਜੋ ਕਹਿੰਨੇ ਆ ਅਸੀਂ ਕਰਦੇ ਆ ਕਹਾਣੀਆਂ ਦੇ ਵਿੱਚ ਅਸੀਂ ਵਿਸ਼ਵਾਸ ਨਹੀਂ ਐਵੇਂ ਫੋਕੀਆਂ ਕਹਾਣੀਆਂ ਕਰੀ ਜਾਣੀਆਂ ਫੋਕੀਆਂ ਗੱਲਾਂ ਕਰੀ ਜੇ ਕਿਹਾ ਤੇ ਅਸੀਂ ਕੀਤਾ ਆ ਅਸੀਂ ਐਕਸ਼ਨ ਲੈਣੇ ਆ ਇਹ ਨਹੀਂ ਵੀ ਐਵੇਂ ਕਹਾਣੀਆਂ ਸੁਣਾਈ ਚੱਲੋ ਅੱਜ ਜੋ ਹੋ ਰਿਹਾ ਆ ਅੱਜ ਸਾਰੇ ਜਨਤਕ ਤੌਰ ਤੇ ਲੋਕਾਂ ਨੂੰ ਪਤਾ ਲੱਗਾ ਵੀ ਜੇ ਇਹੋ ਜਿਹਾ ਕੋਈ ਵਿਅਕਤੀ ਗਾਂ ਵੀ ਬਿਆਨਬਾਜ਼ੀ ਕਰੂਗਾ ਉਹਦੇ ਨਕੇਲ ਪਾਉਣੀ ਬਹੁਤ ਜ਼ਰੂਰੀ ਆ ਜਿਹੜਾ ਸਮਾਜ ਨੂੰ ਤੋੜਦਾ Hindu Muslim Sikh Sab Bhai Aa Sab Ikkatthe Rehnde Amme Ikkatthe ਸਾਡਾ ਸੱਜਣਤਾਈ ਆ ਮਿੱਤਰਤਾਈ ਆ Ikkatthe ਅਸੀਂ ਕੋਈ ਵੀ ਤਿਉਹਾਰ ਆ ਜਾਂ ਉਹ ਮਨਾਉਨੇ ਆ ਰਲ ਕੇ ਮਨਾਉਨੇ ਆ ਲੇਕਿਨ ਇਦਾਂ ਦੀਆਂ ਜਿਹੜੀਆਂ ਬਿਆਨਬਾਜ਼ੀ ਦੇ ਕੇ ਸਮਾਜ ਨੂੰ ਤੋੜਨ ਦੇ ਜਿਹੜੇ ਲੋਕ ਆ ਉਹਨਾਂ ਤੇ ਨਕੇਲ ਪਾਉਣੀ ਚਾਹੀਦੀ ਆ ਤੁਹਾਨੂੰ ਕੀ ਲੱਗਦਾ ਇਹ ਮਾਫੀ ਕਿਵੇਂ ਦਿੱਤੀ ਗਈ ਹੋਵੇਗੀ ਕੋਈ ਪੋਲਿਟਿਕਲ ਪ੍ਰੈਸ਼ਰ ਜਾਂ ਫਿਰ ਕੋਈ ਲੈਂਡਨ ਹੋ ਜਦੋਂ ਪ੍ਰਸ਼ਾਸਨ ਨੇ ਕਿਤੇ ਗੱਲਾਂ ਕਹੀਆਂ ਹੋਣੀਆਂ ਵੀ ਨਹੀਂ ਜੀ ਵੀ ਇਹ ਪਰਚਾ ਨਹੀਂ ਦਰਜ ਹੋ ਰਿਹਾ ਜਾਂ ਸ਼ਾਇਦ ਲੰਬਾ ਸਮਾਂ ਉਹਨਾਂ ਨੇ ਲਾਇਆ ਹੋਣਾ ਉਹਨਾਂ ਨੇ 15 ਮਹੀਨਾ ਵੇਟ ਕੀਤਾ ਜਿਹਦਾ ਕਰਕੇ ਉਹਨੂੰ ਡਿਲੇ ਪਾਉਂਦੇਗਾ ਔਰ ਜਿਹਦਾ ਕਰਕੇ ਸ਼ਾਇਦ ਕੋਈ ਪੋਲਿਟਿਕਲ ਦਬਾਅ ਵੀ ਹੋਏਗਾ ਲੇਕਿਨ ਜੋ ਵਿਅਕਤੀ ਨੇ ਕਿਹਾ ਜੋ ਸਾਨੂੰ ਲੱਗਾ ਸਹੀ ਅਸੀਂ ਉਹ ਕੀਤਾ ਅਸੀਂ ਇੰਟਰਵਿਊ ਦੂਜਿਆਂ ਦੇ ਨਾਲ ਵੀ ਕੀਤੀ ਉਹ ਕਹਿੰਦੇ ਕਿ ਜਿਨ੍ਹਾਂ ਨੇ ਫਰਚਕ ਰਾਇ ਕਿ ਉਹ ਧਰਮ ਦੇ ਠੇਕੇਦਾਰ ਨੇ ਨਹੀਂ ਨਹੀਂ ਧਰਮ ਦਾ ਕੋਈ ਠੇਕੇਦਾਰ ਨਹੀਂ ਹੁੰਦਾ ਧਰਮ ਦੇ ਜਿਹੜੇ ਧਰਮ ਨੂੰ ਮੰਨਣ ਵਾਲੇ ਲੋਕ ਹੁੰਦੇ ਆ ਧਰਮ ਦੇ ਵਿੱਚ ਆਸਥਾ ਰੱਖਣ ਵਾਲੇ ਹੁੰਦੇ ਆ ਅਸੀਂ ਉਹ ਲੋਕ ਆ ਧਰਮ ਦੇ ਠੇਕੇਦਾਰ ਨਹੀਂ ਧਰਮ ਤੇ ਜਿਹੜੇ ਚੱਲਣ ਵਾਲੇ ਆ ਜੀਜ਼ਸ ਕ੍ਰਾਈਸ ਨੂੰ ਮੰਨਣ ਵਾਲੇ ਅਸੀਂ ਉਹ ਲੋਕ ਆ ਧਰਮ ਦੇ ਠੇਕੇਦਾਰ ਨਹੀਂ ਸ਼ਾਇਦ ਉਹ ਉਹ ਠੇਕੇਦਾਰ ਹੋਣਗੇ ਜਿਹੜਾ ਸ਼ਾਇਦ ਉਹਨਾਂ ਨੇ ਕੋਈ ਗੱਲ ਜੇ ਜੇ ਗੱਲ ਇਹ ਕਹੀ ਵੀ ਆ ਜਾਂ ਤੁਸੀਂ ਆਪਣੇ ਕੋਲ ਹੀ ਕਹਿ ਰਹੇ ਆ ਇੰਟਰਵਿਊ ਸੁਣੀ ਹੋਵੇਗੀ ਨਹੀਂ ਸ਼ਾਇਦ ਮੈਂ ਬਹੁਤ ਘੱਟ ਇੰਟਰਵਿਊਸ ਹੁੰਦਾ ਮੈਂ ਤਾਂ ਕਦੀ ਫੇਸਬੁੱਕ ਤੇ ਕਦੀ ਲਾਈਵ ਵੀ ਨਹੀਂ ਹੋਇਆ ਔਰ ਬਹੁਤ ਘੱਟ ਮੈਂ ਸੋਸ਼ਲ ਮੀਡੀਆ ਇਸਤੇਮਾਲ ਕਰਦਾ ਔਰ ਤੁਹਾਨੂੰ ਦੱਸਿਆ ਵੀ ਅਸੀਂ ਫੋਟੋ ਵਾਲੇ ਨਹੀਂ ਹੈਗੇ ਵੀ ਐਵੇਂ ਫੋਟੋਆਂ ਪਾਈ ਜਾਣੀਆਂ ਐਵੇਂ ਗੱਲਾਂ ਕਰੀ ਜਾਣੀਆਂ ਅਸੀਂ ਤਾਂ ਐਕਸ਼ਨ ਕਰੀਦਾ ਐ ਐਕਸ਼ਨ ਨਹੀਂ ਕਰਨਾ ਸੀਗਾ ਤੁਸੀਂ ਉਹ ਮੈਂ ਚਲੋ ਮੈਂ ਨਹੀਂ ਕਹਿ ਰਿਹਾ ਉਹੀ ਕਹਿ ਰਹੇ ਨੇ ਕਿ ਇਹਨਾਂ ਨੂੰ ਮੀਡੀਆ ਦੇ ਵਿੱਚ ਆਉਣ ਦਾ ਚਾਹ ਹੈ ਇਹਨਾਂ ਨੂੰ ਪਬਲਿਸਿਟੀ ਭਾਲਦੇ ਨੇ ਇਸ ਕਰਕੇ ਨੇ ਇਹਨਾਂ ਨੇ ਪਰਚਾ ਕਰਾਇਆ ਹੈਗਾ ਜਿਨ੍ਹਾਂ ਬੰਦਿਆਂ ਨੇ ਕਿਹਾ ਵੀ ਇਹ ਕਈ ਯਾਰੀ ਮੇਰੇ ਨਾਲ ਪ੍ਰੈਸ ਕਾਨਫਰੰਸਾਂ 'ਚ ਬੈਠ ਚੁੱਕੇ ਆ ਮੀਡੀਆ 'ਚ ਆਉਣ ਦਾ ਕੋਈ ਚਾਅ ਥੋੜੋ ਆ ਦੱਸੋ ਕਿਹੜਾ ਬਿਆਨ ਹੈ ਜਿਹੜਾ ਮੀਡੀਆ ਤੇ ਸਾਡਾ ਕੋ ਆਪਣੇ ਫੋਨ ਹੈਗੇ ਆ ਜੇ ਮੀਡੀਆ ਤੇ ਅਸੀਂ ਰੋਜ਼ ਫੇਸਬੁੱਕ ਤੇ ਲਾਈਵ ਹੋ ਜਾਇਆ ਕਰੀਏ ਸਾਡੀ ਕੋਈ ਸੋਸ਼ਲ ਮੀਡੀਆ ਤੇ ਦੇਖ ਲਓ ਮੇਰੀ ਫੇਸਬੁੱਕ ਪੇਜ ਤੇ ਦੇਖ ਲਓ ਜਾਂ ਕੋਈ ਵੀ ਆ ਮੇਰੀ ਆਈਡੀ ਦੇਖ ਲਓ ਕੋਲਕੇ ਜੇ ਤੁਹਾਨੂੰ ਲੱਗਦਾ ਵੀ ਫਾਲਤੂ ਦੀਆਂ ਫੋਟੋਆਂ ਆ ਅਸੀਂ ਉਹ ਫੋਟੋਆਂ ਨੂੰ ਭਾਈਦਾ ਆ ਜਿਹਦੇ ਨਾਲ ਕਿਸੇ ਨੂੰ ਚੰਗੀ ਸਿਹਤ ਮਿਲ ਸਕੇ ਜਾਂ ਕੋਈ ਤੱਕਾਬਦੀ ਕੀ ਹੋ ਰਹੀ ਆ ਜਾਂ ਲੋਕਾਂ ਨੂੰ ਅਵੇਅਰ ਕਰਨ ਦੇ ਲਈ ਸੀ ਫੋਟੋ ਅਸੀਂ ਇਹ ਨਹੀਂ ਵੀ ਐਵੇਂ ਜਿਹੜੀਆਂ ਚੀਜ਼ਾਂ ਆ ਹਾਂ ਕੋਈ ਸੋਸ਼ਲ ਮੀਡੀਆ ਨੂੰ ਹਰ ਕੋਈ ਯੂਜ਼ ਕਰਦਾ ਆ ਜੇ ਉਹ ਸਮਝਦੇ ਆ ਵੀ ਇਹ ਸ਼ਾਇਦ ਦੇਖੋ ਜੀ ਸਾਨੂੰ ਮਾਲਕ ਨੇ ਬੜਾ ਕੁਝ ਦਿੱਤਾ ਆ ਸਾਡਾ ਨਾਂ ਆ ਕੋਈ ਇਹ ਥੋੜਾ ਵੀ ਮਤਲਬ ਅਸੀਂ ਕੋਈ ਸੋਸ਼ਲ ਮੀਡੀਆ ਤੇ ਵੀ ਜੇ ਉਹਨਾਂ ਨੂੰ ਲੱਗਦਾ ਆ ਸ਼ਾਇਦ ਉਹਨਾਂ ਨੂੰ ਲੱਗਦਾ ਫੇਮਸ ਹੋਣ ਲਈ ਕਰ ਰਹੇ ਆ ਦੇਖੋ ਇਹ ਉਹਨਾਂ ਦਾ ਕਹਿਣਾ ਆ ਸਾਡਾ ਤਾਂ ਕੋਈ ਅਸੀਂ ਤਾਂ ਸਮਾਜ ਲਈ ਕੰਮ ਕਰ ਰਹੇ ਆ ਮਸੀਹ ਭਾਈਚਾਰੇ ਲਈ ਕੰਮ ਕਰ ਰਹੇ ਆ ਔਰ ਜਿਹੜੇ ਦੱਬੇ ਕੁਚਲਿਆ ਹੋਇਆ ਸਮਾਜ ਆ ਜਿਨ੍ਹਾਂ ਨੂੰ ਜਿਨ੍ਹਾਂ ਉੱਤੇ ਅਤਿਆਚਾਰ ਹੋ ਰਿਹਾ ਅਸੀਂ ਉਹਨਾਂ ਲਈ ਕੰਮ ਕਰ ਰਹੇ ਆ ਜੇ ਉਹ ਕਹਿ ਰਿਹਾ ਵੀ ਇਹ ਵੀ ਫੇਮਸ ਹੋਣ ਲਈ ਕਰ ਰਿਹਾ ਤੇ ਤੇ ਸਮਝ ਲੈਣਾ ਚਾਹੀਦਾ ਕਿਉਂਕਿ ਅਸੀਂ ਤਾਂ ਸਮਾਜ ਦੇ ਨਾਲ ਖੜੇ ਆ ਜਿਹੜਾ ਦੱਬਿਆ ਕੁਚਲਿਆ ਸਮਾਜ ਉਹਨਾਂ ਨਾਲ ਖੜੇ ਆ ਤੇ ਜਿਹੜੇ ਪੰਜਾਬ 크੍ਰਿਸਚਨ ਲੀਡਰਸ਼ਿਪ ਦਾ ਇਹ ਕੰਮ ਆ ਵੀ ਮਸੀਹ ਭਾਈਚਾਰੇ ਦੀ ਆਵਾਜ਼ ਨੂੰ ਬੁਲੰਦ ਕਰਨਾ ਜੇ ਉਹ ਸਮਝ ਰਿਹਾ ਵੀ ਉਹ ਫੇਮਸ ਹੋਣ ਲਈ ਕਰ ਰਿਹਾ ਤੇ ਮੈਂ ਚਾਹਣਾ ਉਹਨਾਂ ਨੂੰ ਸਮਝ ਲੈਣਾ ਚਾਹੀਦਾ ਤੇ ਅਸੀਂ ਵੀ ਇਸ ਗੱਲ ਨੂੰ ਮੰਨ ਲੈਨੇ ਆ ਅੱਛਾ ਤੁਹਾਨੂੰ ਕੀ ਲੱਗਦਾ ਹੈ ਕਿ ਕਨਈਆ ਮੱਤਲ ਨੂੰ ਕਿਵੇਂ ਮਾਫੀ ਦਿੱਤੀ ਜਾਣੀ ਚਾਹੀਦੀ ਹੈ ਉਹ ਕਿਵੇਂ ਮਾਫੀ ਮੰਗਣ ਕਿ ਤੁਸੀਂ ਮੰਨੋਗੇ ਦੇਖੋ ਜੀ ਸਾਡੇ ਚੇਅਰਮੈਨ ਸਾਹਿਬ ਹਰਜੋਤ ਸਿੱਠੀ ਜੀ ਉਹਨਾਂ ਨੇ ਤਾਂ ਚਲੋ ਗੱਲ ਕਹੀ ਸੀ ਵੀ ਚਲੋ ਆਪਾਂ ਇਸ ਗੱਲ ਤੇ ਵਿਚਾਰ ਕਰ ਲਨੇ ਆ ਲੇਕਿਨ ਸ਼ੈਤ ਬਹੁਤ ਹੁਣ ਮੈਂ ਕਹਨਾ ਜਿਹੜਾ ਤੀਰ ਆ ਉਹ ਕਮਾਨ ਚੋਂ ਨਿਕਲ ਚੁੱਕਾ ਆ ਮਾਫੀ ਦੀ ਗੱਲ ਤਾਂ ਹੁਣ ਬੜੀ ਦੂਰ ਦੀ ਆ ਕਿਉਂਕਿ ਮਾਫ ਹਣ ਦੇਖੋ ਅਸੀਂ ਜਿਹੜੀ ਸਾਡੀ ਲੀਡਰਸ਼ਿਪ ਆ ਉਹਦੇ ਧਿਆਨ ਦੇ ਵਿੱਚ ਲੈ ਕੇ ਆਵਾਂਗੇ ਜਿੱਦਾਂ ਸਾਰਿਆਂ ਦਾ ਫੈਸਲਾ ਹੋਏਗਾ ਦੇਖਾਂਗੇ ਆਉਣ ਵਾਲੇ ਸਮੇਂ ਦੇ ਭਵਿੱਖ ਦੇ ਵਿੱਚ ਕੀ ਹੁੰਦਾ ਇੱਕ ਪਾਸੇ ਇਸਾਈ ਧਰਮ ਦੇ ਕੁਝ ਲੋਕ ਕਨ੍ਹਈਆ ਮਿੱਤਲ ਨੂੰ ਮਾਫੀ ਦਿੰਦੇ ਨੇ ਉਹਨਾਂ ਕੋ ਵੀਡੀਓ ਆਉਂਦੀ ਹੈ ਕਨ੍ਹਈਆ ਮਿੱਤਲ ਦੀ ਮਾਫੀ ਮੰਗਣ ਦੀ ਤੇ ਉਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵੀ ਕਾਫੀ ਚੱਲਦੀ ਹੈ ਪਰ ਇੱਕ ਪਾਸੇ ਦੂਜਾ ਗੁੱਟ ਜਿਹੜਾ ਇਹ ਉਹ ਕਨ੍ਹਈਆ ਮਿੱਤਲ ਦੇ ਉੱਤੇ ਐਫਆਈਆਰ ਕਰਾ ਦਿੰਦਾ ਹੈ ਦੋਸੋ 95 ਐਫਆਰ ਕਰੋਂਦਾ ਹੈ ਤੇ ਉਸ ਤੋਂ ਬਾਅਦ ਕਨਈਆ ਮਿੱਤਲ ਦੀ ਮੁਸ਼ਕਲਾਂ ਕਾਫੀ ਵਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਹੁਣ ਗੱਲ ਦੇਖਣ ਵਾਲੀ ਇਹ ਹੈ ਕਿ ਸਮਾਜ ਇੱਕ ਪਰ ਉਸੇ ਹੀ ਸਮਾਜ ਦੇ ਧੜੇ ਦੋ ਨੇ ਇੱਕ ਧੜਾ ਕਨਈਆ ਮਿੱਤਲ ਨੂੰ ਮਾਫੀ ਦਵਾਉਂਦਾ ਹੈ ਤੇ ਦੂਜਾ ਧੜਾ ਜਿਹੜਾ ਹੈ ਉਹ ਪਰਚਾ ਕਰੋਂਦਾ ਹੈ ਗੱਲਬਾਤ ਅਸੀਂ ਪੀਟਰ ਮਸੀਹ ਹੋਰਾ ਦੇ ਨਾਲ ਕਰਾਂਗੇ ਕਿਉਂਕਿ ਇਹਨਾਂ ਨੇ ਮਾਫੀ ਦਲਾਈ ਹੈਗੀ ਹੈ ਪੀਟਰ ਜੀ ਪਹਿਲਾਂ ਤੁਸੀਂ ਮਾਫੀ ਦਲਾਈ ਵੀਡੀਓ ਤੁਹਾਡੇ ਕੋਲ ਆਈ ਮਾਫੀ ਮੰਗਦੇ ਹੋਏ ਦੀ ਸੋਸ਼ਲ ਮੀਡੀਆ ਤੇ ਵੀ ਕਾਫੀ ਵਾਇਰਲ ਹੋਈ ਕਿ ਮਾਫੀ ਮੰਗ ਲਈ ਹੈ ਕਿ ਜੋ ਵੀ ਉਹਨਾਂ ਨੇ ਸਟੇਜ ਤੋਂ ਬੋਲਿਆ ਤੇ ਦੂਜੇ ਪਾਸੇ ਹੁਣ ਤੁਹਾਡੇ ਹੀ ਸਮਾਜ ਦੇ ਇੱਕ ਵਿਅਕਤੀ ਵੱਲੋਂ ਜਾਂ ਫਿਰ ਪਾਸਟਰ ਵੱਲੋਂ ਕਹਿ ਦਈਏ ਸੀ ਉਹਨਾਂ ਵੱਲੋਂ ਪਰਚਾ ਦਰਜ ਕਰਾ ਦਿੱਤਾ ਗਿਆ ਇਸ ਈਨੂੰ ਤੁਸੀਂ ਕਿਵੇਂ ਦੇਖਦੇ ਹੋ ਸਭ ਤੋਂ ਪਹਿਲਾਂ ਸਭ ਨੂੰ ਜੈਮ ਸੀ ਕੀ ਜਿਹੜਾ ਕਨਈਆ ਮਿੱਤਲ ਦੇ ਉੱਤੇ ਪਰਚਾ ਦਰਜ ਕਰਾਉਣ ਦੀ ਗੱਲ ਸਾਹਮਣੇ ਆ ਰਹੀ ਆ ਦੇਖੋ ਪਿਛਲੇ ਡੇਢ ਮਹੀਨੇ ਤੋਂ ਅਸੀਂ ਇਸ ਜਦੋਜਹਿਦ ਦੇ ਵਿੱਚ ਲੱਗੇ ਪਏ ਸੀ ਕਿਕਨਈਆ ਮਿੱਤਲ ਦੇ ਉਤੇ ਐਫਆਈਆਰ ਦਰਜ ਹੋਵੇ ਕਿਉਂਕਿ ਉਹਨੇ ਸਾਡੇ ਮੁਕਤੀਦਾਤਾ ਪ੍ਰਭ ਯਿਸੂ ਮਸੀਹ ਦੇ ਖਿਲਾਫ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਚਲੋ ਪੁਲਿਸ ਪ੍ਰਸ਼ਾਸਨ ਨੇ ਵੀ ਕਾਫੀ ਜ਼ੋਰ ਲਾਇਆ ਪਰ ਪੋਲਿਟਿਕਲ ਦਬਾਅ ਕਿਤਨਾ ਕਿਤੇ ਸਾਹਮਣੇ ਜ਼ਰੂਰ ਆਇਆ ਪਰ ਇਸ ਦੇ ਬਾਵਜੂਦ ਵੀ ਜਦੋਂ ਸਾਡੇ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਕਿ ਅਸੀਂ ਸੋਮਵਾਰ ਨੂੰ ਪੀਏਪੀ ਚੌਂਕ ਜਾਮ ਕਰਾਂਗੇ ਅਗਰ ਕਿਨਈਆ ਮਿੱਤਲ ਦੇ ਉੱਪਰ ਐਫਆਈਆਰ ਲਾਂਚ ਨਾ ਕੀਤੀ ਗਈ ਤਾਂ ਇਹਦੇ ਤੁਰੰਤ ਬਾਅਦ ਐਤਵਾਰ ਨੂੰ ਦੁਪਹਿਰੇ ਕਿਨਈਆ ਮਿੱਤਲ ਵੱਲੋਂ ਮਾਫੀ ਮੰਗ ਲਈ ਜਾਂਦੀ ਆ ਜਿਸ ਜਦੋਂ ਮਾਫੀ ਆਉਂਦੀ ਆ ਤੇ ਸਾਡੇ ਜਿਹੜੇ ਜਲੰਧਰ ਦੇ ਜਿਹੜਾ ਮੇਨ ਲੀਡਰਸ਼ਿਪ ਆ ਇਸਾਈ ਸਮਾਜ ਦੀ ਅਸੀਂ ਉਹਨਾਂ ਨੂੰ ਬੁਲਾਉਨੇ ਆ ਤੇ ਉਹਨਾਂ ਦੇ ਵਿੱਚ ਪੰਜਾਬ ਕ੍ਰਿਸਚੀਅਨ ਮੂਵਮੈਂਟ ਦੇ ਪ੍ਰਧਾਨ ਸ਼੍ਰੀ ਹਮੀਦ ਮਸੀਹ ਜੀ ਹੋਸਨਾ ਪੰਜਾਬੀ ਮਿਨਿਸਟਰੀ ਦੇ ਪ੍ਰਧਾਨ ਤਰਸੀਮ ਸੋਹਤਾ ਜੀ ਔਰ ਕ੍ਰਿਸਚੀਅਨ ਪਾਸਟਰ ਐਸੋਸੀਏਸ਼ਨ ਦੇ ਪ੍ਰਧਾਨ ਜਸਪਾਲ ਜੀ ਔਰ ਯੂਨਾਈਟਿਡ ਪਾਸਟਰ ਐਸੋਸੀਏਸ਼ਨ ਦੇ ਮੀਡੀਆ ਇਨਚਾਰਜ ਹੈਰਿਸਨ ਜੀ ਮੌਜੂਦ ਸੀ ਔਰ ਇਸ ਦੇ ਨਾਲ ਨਾਲ ਯੂਨਾਈਟਿਡ ਪੀਪਲ ਲੀਗ ਦੇ ਪ੍ਰਧਾਨ ਸਨਾਵਰ ਭੱਟੀ ਜੀ ਔਰ ਚੇਅਰਮੈਨ ਐਂਥਨੀਮਸੀ ਜੀ ਅਸੀਂ ਸਾਰਿਆਂ ਨੇ ਆਪਸੀ ਸਹਿਮਤੀ ਬਣਾਈ ਕਿ ਚਲੋ ਜੇ ਕੋਈ ਮਾਫੀ ਮੰਗਦਾ ਹੈ ਸਾਡੀ ਬਾਈਬਲ ਦਾ ਸਿਧਾਂਤ ਹੈ ਕਿ ਜੇ ਕੋਈ ਮਾਫੀ ਦਾ ਇਕਰਾਰ ਕਰਦਾ ਹੈ ਤੇ ਸਾਨੂੰ ਉਸ ਨੂੰ ਮਾਫ ਕਰਨਾ ਚਾਹੀਦਾ ਹੈ ਅਸੀਂ ਆਪਣੀ ਬਾਈਬਲ ਨੂੰ ਫੋਲੋ ਕਰਦੇ ਹੋਏ ਉਹਦੇ ਸਿਧਾਂਤਾਂ ਤੇ ਚੱਲਦੇ ਹੋਏ ਅਸੀਂ ਉਸ ਨੂੰ ਮਾਫੀ ਦੇ ਦਿੱਤੀ ਇਸ ਦੇ ਬਾਵਜੂਦ ਵੀ ਅਗਰ ਮੰਨ ਲਓ ਕੋਈ ਇੱਕ ਧੜਾ ਤਾਂ ਮੈਂ ਨਹੀਂ ਕਹਾ ਗਿਆ ਕਿਉਂਕਿ ਧੜਾ ਉਹ ਹੁੰਦਾ ਜਿਹਨੂੰ ਆਪਾਂ ਬਰਾਬਰ ਦਾ ਕਿਹਾ ਜਾਵੇ ਕਿ ਅਗਰ ਮੰਨ ਲਓ ਉਹਨਾਂ ਨੇ ਉਹਦੇ ਉੱਪਰ ਐਫ ਆਈ ਆਰ ਦਰਜ ਕਰਵਾ ਵੀ ਦਿੱਤੀ ਆ ਤੇ ਮੈਨੂੰ ਨਹੀਂ ਲੱਗਦਾ ਵੀ ਉਹਦੇ ਵਿੱਚ ਉਹਨਾਂ ਨੂੰ ਇਹ ਵਾਲੀ ਚੀਜ਼ ਕਰਨੀ ਚਾਹੀਦੀ ਸੀ ਕਿਉਂਕਿ ਉਹਨਾਂ ਨੂੰ ਇੱਕ ਵਾਰ ਸਮਾਜ ਦੀ ਰਾਏ ਜ਼ਰੂਰ ਲੈ ਲੈਣੀ ਚਾਹੀਦੀ ਸੀ ਕਿਉਂਕਿ ਆਪਣੇ ਫੇਮ ਦੇ ਚੱਕਰ ਦੇ ਵਿੱਚ ਤੁਸੀਂ ਐਫ ਆਈ ਆਰ ਕਰਵਾ ਦਿੱਤੀ ਆ ਇਹ ਤਾਂ ਹੁਣ ਮੈਂ ਚਲੋ ਕਹਿਣਾ ਨਹੀਂ ਚਾਹੁੰਦਾ ਕਿ ਮਾਸਟਰ ਸਲੀਮ ਦੇ ਨਾਮ ਵੀ ਤੁਸੀਂ ਭਲੀ ਭਾਂਤ ਜਾਣਦੇ ਹੋ ਉਹਦੇ ਨਾਲ ਵੀ ਇਹੀ ਹੋਇਆ ਵੀ ਇੱਕ ਸਮਾਜ ਨੇ ਉਸਨੂੰ ਮਾਫ ਕਰ ਦਿੱਤਾ ਔਰ ਕੁਝ ਬੰਦਿਆਂ ਨੇ ਉਹਦੇ ਉੱਤੇ ਐਫ ਆਈ ਆਰ ਲਾਂਚ ਕਰਵਾ ਦਿੱਤੀ ਤੁਹਾਨੂੰ ਨਹੀਂ ਲੱਗਦਾ ਤੁਹਾਡੇ ਸਮਾਜ ਵੀ ਇਹੀ ਕਰ ਰਿਹਾ ਹੈ ਤੁਹਾਡੇ ਕੁਝ ਜਿਹੜੇ ਨੇ ਸਮਾਜ ਦੇ ਲੋਕ ਨੇ ਉਹਨਾਂ ਨੇ ਮਾਫੀ ਦੇ ਦਿੱਤੀ ਤੇ ਦੂਜਿਆਂ ਨੇ ਜਿਹੜਾ ਇਹ ਪਰਚਾ ਕਰਾ ਦਿੱਤਾ ਤੁਸੀਂ ਤੁਹਾਡੇ ਨਾਲ ਪਹਿਲਾਂ ਗੱਲ ਹੋਈ ਸੀ ਉਹਨਾਂ ਦੀ ਦੇਖੋ ਸਾਡੇ ਨਾਲ ਉਹਨਾਂ ਨੇ ਐਫ ਆਈ ਆਰ ਕਰਾਉਣ ਲੱਗੇ ਕੋਈ ਗੱਲਬਾਤ ਨਹੀਂ ਕੀਤੀ ਜਦੋਂ ਐਫ ਆਈ ਆਰ ਲਾਂਚ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਸਾਨੂੰ ਪੁੱਛਿਆ ਜਾਂਦਾ ਇੱਕ ਮੈਨੂੰ ਗੱਲ ਸਮਝ ਨਹੀਂ ਆ ਰਹੀ ਹੈ surjit thapar ਨੇ ਅਤੇ ਉਹਨਾਂ ਦੇ ਨਾਲ ਇੱਕ ਹੋਰ ਪਾਸਟਰ ਸੀਗੇ ਉਹਨਾਂ ਵੱਲੋਂ ਪਰਚਾ ਦਰਜ ਕਰਾਇਆ ਜਾਂਦਾ ਹੈ ਕਿ ਉਹ ਤੁਹਾਡੇ ਨਾਲ ਨਹੀਂ ਹੈਗੇ ਆ ਦੇਖੋ ਸਾਡੇ ਪੂਰੇ ਸਮਾਜ ਨੇ ਕਨਈਆ ਮਿੱਤਲ ਨੂੰ ਮਾਫੀ ਦੇ ਦਿੱਤੀ ਆ ਪਰ ਹੈਗੇ ਤਾਂ ਉਹ ਸਾਡੇ ਬੰਦੇ ਨੇ ਪਰ ਇਹ ਕੋਈ ਜੇ ਕੋਈ ਆਪਣੇ ਆਪ ਨੂੰ ਸਮਝੇ ਵੀ ਅਸੀਂ ਧਰਮ ਦੇ ਠੇਕੇਦਾਰ ਆ ਤੇ ਅਸੀਂ ਇਹ ਕੰਮ ਕਰ ਦਿੱਤਾ ਤੇ ਉਹ ਗੱਲ ਕੋਈ ਸ਼ੋਭਾ ਨਹੀਂ ਦਿੰਦੀ ਉਹਨਾਂ ਨੂੰ ਇੱਕ ਵਾਰ ਸਾਡੀ ਰਾਏ ਜ਼ਰੂਰ ਲੈ ਲੈਣੀ ਚਾਹੀਦੀ ਸੀ ਕਿਉਂਕਿ ਅਗਰ ਉਹਨਾਂ ਨੇ ਪਰਚਾ ਦਰਜੀ ਕਰਾਉਣਾ ਸੀ ਉਹਦੀ ਮਾਫੀ ਆਉਣ ਤੋਂ ਪਹਿਲਾਂ ਕਰਵਾ ਲੈਂਦੇ ਅਸੀਂ ਨਾਲ ਖੁੱਲ੍ਹ ਕੇ ਸਮਰਥਨ ਕਰਦੇ ਹਾਂ ਵੀ ਠੀਕ ਆ ਉਹਨਾਂ ਨੇ ਮਾਫੀ ਦੇ ਦਿੱਤੀ ਆ ਜੀ ਜੇ ਪਰਚਾ ਜੇ ਮਾਫੀ ਮੰਗ ਲਈ ਆ ਜਾਂ ਉਹਨਾਂ ਨੇ ਪਰਚਾ ਦਰਜ ਕਰਾਤਾ ਇਤਰਾਜ਼ ਸਾਨੂੰ ਹੁਣ ਵੀ ਕੋਈ ਨਹੀਂ ਆ ਪਰ ਕਿਤੇ ਨਾ ਕਿਤੇ ਇਹਦੇ ਵਿੱਚ ਆਪ ਸਮਾਜ ਦੇ ਵਿੱਚ ਇਹ ਮੈਸੇਜ ਜਾਂਦਾ ਕਿ ਤੁਹਾਡੇ ਸਮਾਜ ਦੇ ਵਿੱਚ ਆਪਸੀ ਫੁੱਟ ਪੈ ਰਹੀ ਆ ਜਦ ਕਿ ਇਦਾਂ ਦਾ ਕੁਝ ਹੈ ਨਹੀਂ ਆ ਮਤਲਬ ਕਿ ਉਹਨਾਂ ਨੇ ਮੀਡੀਆ ਦੇ ਵਿੱਚ ਹਾਈਪ ਲਾਨ ਦੇ ਲਈ ਸੋਸ਼ਲ ਮੀਡੀਆ ਦੇ ਉੱਤੇ ਆਪਣਾ ਨਾਂ ਚਲਾਉਣ ਦੇ ਲਈ ਜਿਹੜਾ ਇਹ ਹੁਣ ਇਹ ਪਰਚਾ ਕਰਾਇਆ ਹੈ ਬਿਲਕੁਲ ਇਹ ਇਹੀ ਸਬਦ ਆ ਜੀ ਠੀਕ ਹੈ ਤਾਂ ਪੀਟਰ ਮਸ਼ੀਨ ਨੇ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਹੈ ਇਹਨਾਂ ਵੱਲੋਂ ਜਿਹੜਾ ਹੈ ਉਹ ਕਨਈਆ ਮਿੱਤਲ ਨੂੰ ਮਾਫੀ ਦਿਲਾਈ ਗਈ ਸੀ ਸ਼ੁਰੂਆਤ ਵੀ ਇਹਨਾਂ ਨੇ ਕੀਤਾ ਸੀਗਾ ਕਿ ਜ਼ਿਕਰ ਕਨਈਆ ਮਿੱਤਲ ਮਾਫੀ ਨਹੀਂ ਮੰਗਣਗੇ ਤਾਂ ਵਾਲੇ ਸਮੇਂ ਦੇ ਵਿੱਚ ਇਹਨਾਂ ਵੱਲੋਂ ਜਿਹੜਾ ਇਹ ਉਹ ਪੰਜਾਬបាន ਦੀ ਕਾਲ ਵੀ ਦਿੱਤੀ ਗਈ ਸੀ ਜਿਸ ਤੋਂ ਬਾਅਦ ਕਨਈਆ ਮਿੱਤਲ ਨੇ ਮਾਫੀ ਮੰਗੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਮਾਫੀ ਵੀ ਦੇ ਦਿੱਤੀ ਗਈ ਤੇ ਹੁਣ ਉਹਨਾਂ ਦੇ ਉੱਤੇ ਇਹਨਾਂ ਦੇ ਹੀ ਸਮਾਜ ਦੇ ਕੁਝ ਬੰਦਿਆਂ ਨੇ ਜਿਹੜਾ ਇਹ ਉਹ ਪਰਚਾ ਕਰਾ ਦਿੱਤਾ ਹੈ ਚਾਰ ਪਾਸੇ ਪੰਕੇ ਦੇ ਨਾਲ ਰਜ ਗੁਪਤਾ ਜਲੰਧਰ